ਬਰੀ ਸਤਿ ਸ਼੍ਰੀ ਅਕਾਲ ਆਦਾਬ ਮੈਂ ਹਾਂ ਤੁਹਾਡਾ ਆਪਣਾ ਹੋਸਟ ਸ਼ਾਹਿਦ ਸ਼ਬੀਰ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਐਂਡ ਸਾਡੇ ਵਾਲਾ ਵੈਬ ਟੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਵਿਛੋੜਾ ਵੰਡ ਖੋਰੇ 47 ਦੇ ਖਾਲਸਾ ਰਾਜ ਫੁੱਟ ਸਟੈਪਸ ਇਨ ਪਾਕਿਸਤਾਨ ਜੀ ਬਿਲਕੁਲ ਅਸੀਂ ਆਪਾਂ ਦੁਬਾਰਾ ਆਪਣੀ ਸੀਰੀਅਲ ਨੂੰ ਦੁਬਾਰਾ ਸ਼ੁਰੂ ਕੀਤਾ ਹੈ ਖੋਰੇ 47 ਦੇ ਵਿਛੜੇ ਹੋਏ ਲੋਕ ਜਿਹੜੇ ਨੇ ਉਹਨਾਂ ਦੇ ਘਰ ਕਿੱਥੇ ਸਨ ਅੱਜ ਤੋਂ 10 ਸਾਲ ਪਹਿਲੇ ਮੈਂ ਕੰਮ ਸ਼ੁਰੂ ਕੀਤਾ ਸੀ ਜਿਸ ਤਰ੍ਹਾਂ ਕਿ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਫਿਰ ਕਾਫੀ ਲੋਕਾਂ ਨੇ ਪਾਕਿਸਤਾਨ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਔਰ ਅੱਜ ਭਰਵੀਂ ਇੱਕ ਖੇਪ ਜਿਹੜੀ ਹੈ ਤੁਹਾਨੂੰ ਵੀਡੀਓਜ਼ ਦੀ ਮਿਲਦੀ ਹੈ ਅਤੇ ਉਹਨਾਂ ਦੇ ਵਿੱਚੋਂ ਹੀ ਮੇਰੇ ਇੱਕ ਦੋਸਤ ਨੇ ਡਾਕਟਰ ਦਿਲਪ੍ਰੀਤ ਸਿੰਘ ਸਾਹਨੀ ਅਮੈਰੀਕਾ ਤੋਂ ਉਹਨਾਂ ਨੇ ਮੇਰੇ ਨਾਲ ਰਾਬਤਾ ਕੀਤਾ ਕਿ ਉਹਨਾਂ ਦੇ ਪਰਦਾਦਾ ਜੀ ਸਰਦਾਰ ਬਿਸ਼ਨ ਸਿੰਘ ਸਾਹਨੀ ਜੀ ਜਿਹੜੇ ਸਨ ਉਹ ਬਲਕਸਰ ਤੋਂ ਸੀ ਬਲਕਸਰ ਕਿੱਥੇ ਹੈ ਬਲਕਸਰ ਜੀ ਲਾਹੌਰ ਤੋਂ ਇਸਲਾਮਾਬਾਦ ਆਉਂਦੇ ਹੋਏ ਤਲਾਗੰਗ ਚਕਵਾਲ ਇੰਟਰਚੇਂਜ ਤੋਂ ਤੁਸੀਂ ਵੈਸਟ ਵਾਲੇ ਪਾਸੇ ਜਦੋਂ ਮੁੜਦੇ ਹੋ ਤਲਾਗੰਗ ਰੋਡ ਦੇ ਉੱਤੇ ਚੜ੍ਹਦੇ ਹੋ ਅਤੇ ਪਹਿਲਾ ਹੀ ਛੋਟਾ ਜਿਹਾ ਸ਼ਹਿਰ ਜਿਹੜਾ ਆਉਂਦਾ ਹੈ ਠੀਕ ਹੈ ਜੀ ਬਾਜ਼ਾਰ ਹੀ ਨਜ਼ਰ ਆਉਂਦਾ ਸ਼ਹਿਰ ਨਜ਼ਰ ਨਹੀਂ ਆਉਂਦਾ ਲੇਕਿਨ ਜਦੋਂ ਤੁਸੀਂ ਵਿੱਚ ਅਗਰ ਆਓ ਤਾਂ ਇੱਕ ਵੱਡਾ ਸ਼ਹਿਰ ਹੈ ਬਲਕਸਰ ਅਸੀਂ ਜਿਸ ਤਰ੍ਹਾਂ ਕਿ ਤੁਹਾਨੂੰ ਪਟਵਾਰਖਾਨੇ ਦਾ ਰਿਕਾਰਡ ਦਿਖਾਇਆ ਕਿ ਉੱਥੋਂ ਸਾਨੂੰ ਪਤਾ ਲੱਗਾ ਕਿ ਪੁਰਾਣੇ ਜਿਹੜੇ ਸਾਣੀਆਂ ਦੇ ਮੱਲੇ ਸਨ ਉਹ ਕਿਸ ਜਗ੍ਹਾ ਦੇ ਉੱਤੇ ਸਨ ਉਹ ਖੋਖਰੈਣ ਬਰਾਦਰੀ ਕਿੱਥੇ ਰਹਿੰਦੀ ਸੀ ਠੀਕ ਹੈ ਜੀ ਅਤੇ ਸੋ ਆਪਾਂ ਲੇਟ ਸਰਦਾਰ ਬਿਸ਼ਨ ਸਿੰਘ ਸਾਹਨੀ ਜੀ ਔਰ ਉਹਨਾਂ ਦੇ ਬੇਟੇ ਜਿਹੜੇ ਨੇ ਸਰਦਾਰ ਮਹਿੰਦਰ ਸਿੰਘ ਜੀ ਜਿਹੜੇ ਕਿ ਦਾਦਾ ਸਨ ਮੇਰੇ ਦੋਸਤ ਸਰਦਾਰ ਦਿਲਪ੍ਰੀਤ ਸਿੰਘ ਜੀ ਦੇ ਉਹਨਾਂ ਦੇ ਅੱਗੋਂ ਦਾਦਾ ਜੀ ਦੇ ਕਿੰਨੇ ਬੱਚੇ ਸਨ 3 ਬੇਟੇ ਸਨ ਉਹਨਾਂ ਦੇ ਜਿਨ੍ਹਾਂ ਵਿੱਚੋਂ ਸਰਦਾਰ ਹਰਜੀਤ ਸਿੰਘ ਸਾਹਨੀ ਇੰਦਰ ਬੀਰ ਸਿੰਘ ਸਾਹਨੀ ਔਰ ਸਰਦਾਰ ਸਤਬੀਰ ਸਿੰਘ ਸਾਹਨੀ ਸਰਦਾਰ ਸਤਬੀਰ ਸਿੰਘ ਸਾਹਨੀ ਜੀ ਜਿਹੜੇ ਨੇ ਉਹਨਾਂ ਦੇ ਅੱਗੋਂ ਹੋਏ ਨੇ 2 ਬੇਟੇ ਠੀਕ ਹੈ ਜੀ ਸਰਦਾਰ ਦਿਲਪ੍ਰੀਤ ਸਿੰਘ ਜੀ ਔਰ ਸਰਦਾਰ ਜੇਦੀਪ ਸਿੰਘ ਜੀ ਅਤੇ ਅੱਗੋਂ ਫਿਰ ਡਾਕਟਰ ਦਿਲਪ੍ਰੀਤ ਸਿੰਘ ਜੀ ਜਿਹੜੇ ਨੇ ਉਹ ਪਹੁੰਚ ਗਏ USA ਅੰਦਰ ਅਤੇ ਹੁਣ ਉਹਨਾਂ ਦੇ ਅੱਗੋਂ ਇੱਕ ਚੌਥੀ ਕੁੱਲ ਦੇ ਵਿੱਚੋਂ ਉਹਨਾਂ ਦਾ ਇੱਕ ਪੁੱਤਰ ਹੈ ਇੱਕ ਪੁੱਤਰ ਜਿਹੜਾ ਉਹਨਾਂ ਦਾ ਨਾਮ ਹੈ ਉਹਦਾ ਨਾਮ ਹੈ ਨਿਵਾਨ ਪਾਲ ਸਿੰਘ ਠੀਕ ਹੈ ਜੀ ਸਾਹਨੀ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਕਲੇਨਸ ਜਿਹੜੀਆਂ ਨੇ ਕਲੇਨਸ ਨੇ ਖੋਖਰੈਨ ਦੀਆਂ ਉਹ ਤਕਰੀਬਨ 9 ਨੇ ਚੱਡੇ ਚੰਡੋਕ ਸਾਣੀ ਸੁਆਣੀ ਠੀਕ ਹੈ ਜੀ ਆਨੰਦ ਬਖਸ਼ੀ ਸੇਠੀ ਔਰ ਉਸ ਤੋਂ ਬਾਅਦ ਫਿਰ ਆ ਜਾਣਗੇ ਅੱਗੇ ਕੌਣ ਆਏਗਾ ਛਾਣੇ ਠੀਕ ਹੈ ਜੀ ਜਿਨ੍ਹਾਂ ਨੂੰ ਸ਼ਾਹ ਵੀ ਕਿਹਾ ਜਾਂਦਾ ਸੀ ਜਿਹੜੇ ਬਿਜ਼ਨਸਮੈਨ ਸਨ ਜਾਂ ਜਿਨ੍ਹਾਂ ਦੀਆਂ ਹੱਟੀਆਂ ਹੁੰਦੀਆਂ ਸਨ ਉਹਨਾਂ ਨੂੰ ਸ਼ਾਹ ਜੀ ਕਿਹਾ ਜਾਂਦਾ ਸੀ ਰਿਸਪੈਕਟਿਡਲੀ ਤਾਂ ਸੋ ਆਪਾਂ ਸਰਦਾਰ ਦਿਲਪ੍ਰੀਤ ਸਿੰਘ ਜੀ ਜਿਹੜੇ ਨੇ ਉਹਨਾਂ ਨੇ ਕਾਫੀ ਦੇਰ ਪਹਿਲੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਵੀ ਮੇਰੇ ਪੁਰਖਾਂ ਦਾ ਪਿੰਡ ਜਿਹੜਾ ਸੀ ਉਹ ਬਲਕਸਰ ਸੀ ਬਲਕਸਰ ਦੀਆਂ ਯਾਦਾਂ ਤਾਜ਼ੀਆਂ ਕਰਨ ਵਾਸਤੇ ਆਪਾਂ ਅੱਜ ਪਹੁੰਚੇ ਹਾਂ ਇਸ ਵੇਲੇ ਬਲਕਸਰ ਦੇ ਅੰਦਰ ਬਹੁਤ ਵਧੀਆ ਲੱਗ ਰਿਹਾ ਹੈ ਕਿ ਕਾਫੀ ਅਰਸੇ ਬਾਅਦ ਫੈਮਿਲੀ ਹਿਸਟਰੀ ਜਾਂ ਫੈਮਿਲੀ ਤਵਾਰੀਖ ਜਿਹੜੀ ਹੈ ਅਸੀਂ ਦੁਬਾਰਾ ਤੋਂ ਲੈ ਕੇ ਚੱਲ ਰਹੇ ਹਾਂ ਕਿਉਂਕਿ ਸ਼ਹਿਰ ਜਿਹੜਾ ਉਹ ਫੈਲ ਗਿਆ ਮਾਈਗ੍ਰੇਟਿਡ ਲੋਕ ਕੈਥਲ ਤੋਂ ਦਿੱਲੀ ਤੋਂ ਠੀਕ ਹੈ ਜੀ ਔਰ ਹਰਿਆਣੇ ਤੋਂ ਔਰ ਉਹਦੇ ਆਸ ਪਾਸ ਲੋਕਾਂ ਜਗ੍ਹਾ ਤੋਂ ਆ ਕੇ ਲੋਕ ਬੈਠ ਕੇ ਅਸੀਂ ਤੁਹਾਨੂੰ ਉਹਨਾਂ ਘਰਾਂ ਦੇ ਕੁਛ ਕੁਛ ਦਰਸ਼ਨ ਦੀਦਾਰੇ ਕਰਵਾਉਂਦੇ ਹਾਂ ਜਿਹੜੇ ਕਿ ਕਦੀ ਮਲਕੀਤੀ ਹੁੰਦੇ ਸਨ ਖੋਖਰੈਂਸ ਦੇ ਲੇਕਿਨ ਫਿਰ ਉਹ ਜਿਸ ਤਰ੍ਹਾਂ ਕਿ ਜਦੋਂ ਗਦਰ ਪਿਆ ਜਦੋਂ ਲੋਕ ਉੱਧਰੋਂ ਆਏ ਉਹ ਪ੍ਰੋਪਰਟੀਜ਼ ਇੱਧਰ ਲੋਕਾਂ ਦੇ ਨਾਮ 'ਤੇ ਸ਼ਿਫਟ ਹੋਈਆਂ ਜਿਹੜੀਆਂ ਲੋਕ ਉੱਧਰ ਛੱਡ ਕੇ ਆਏ ਸਨ ਜਿਹੜੇ ਲੋਕ ਇੱਥੋਂ ਗਏ ਸਨ ਉਹਨਾਂ ਨੂੰ ਲੌਟ ਹੋਈਆਂ ਸਨ ਸੋ ਆਪਾਂ ਉਹਨਾਂ ਦੇ ਵਿੱਚ ਹੀ ਅੱਜ ਇੱਕ ਪਰਿਵਾਰ ਨਾਲ ਗੱਲ ਵੀ ਕਰਨੇ ਹਾਂ ਔਰ ਅਸੀਂ ਨਾਲ ਦੀ ਨਾਲ ਹੀ ਫੈਮਿਲੀਜ਼ ਦੀਆਂ ਯਾਦਾਂ ਵੀ ਤਾਜ਼ੀਆਂ ਕਰਵਾਉਂਦੇ ਹਾਂ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਇਹਲਾ ਪਾਰਟ ਜਿਹੜਾ ਉਹ ਰੈਜ਼ੀਡੈਂਸ਼ੀਅਲ ਸੀ ਰਾਈਟ ਸਾਈਡ 'ਤੇ ਗੁਰੂ ਘਰ ਸੀ ਯਾਨੀ ਕਿ ਬਲਕਸਰ ਦਾ ਜਿਹੜਾ ਗੁਰੂ ਘਰ ਸੀ ਉਹ ਸੀ ਔਰ ਲੈਫਟ ਸਾਈਡ ਦੇ ਉੱਤੇ ਜਿਹੜਾ ਸੀ ਉਹ ਕਹਿ ਲਵੋ ਤੁਸੀਂ ਕਿ ਰੈਜ਼ੀਡੈਂਸ਼ੀਅਲ ਅਪਾਰਟਮੈਂਟ ਸੀ ਜਾਂ ਹਵੇਲੀਆਂ ਸਨ ਆਓ ਚੱਲਦੇ ਹਾਂ ਅੱਗੇ ਅਸੀਂ ਤੁਹਾਨੂੰ ਥੋੜ੍ਹੀ ਜਿਹੀ ਗੱਲਬਾਤ ਕਰਦੇ ਹਾਂ ਜਿਹੜੇ ਇੱਥੇ ਦੇ ਵਸਨੇਕ ਨੇ ਹੁਣ ਵਾਓ ਕਿਆ ਬਿਊਟੀਫੁੱਲ ਡੋਰ ਹੈ ਬਿਲਕੁਲ ਇਸ ਤਰ੍ਹਾਂ ਹੀ ਲੱਗ ਰਿਹਾ ਜਿਸ ਤਰ੍ਹਾਂ ਕਿ ਆਪਾਂ ਕਿਸੇ ਓਲਡ ਗੁਰੂ ਘਰ ਦੇ ਵਿੱਚ ਜਦੋਂ ਦਾਖਲ ਹੁੰਦੇ ਹਾਂ ਅਤੇ ਉਹਦੀ ਵੈਲਕਮਿੰਗ ਜਿਹੜੀ ਦਰਸ਼ਨੀ ਡਿਊੜੀ ਹੁੰਦੀ ਹੈ ਉਹ ਬਿਲਕੁਲ ਸੇਮ ਉਸੇ ਤਰ੍ਹਾਂ ਹੀ ਹੈ ਦੂਸਰੇ ਪਾਸੇ ਅਗਰ ਤੁਸੀਂ ਦੇਖੋ ਤਾਂ ਸੇਮ ਤੁਹਾਨੂੰ ਬਲੈਕ ਟਿਕ ਵੁੱਡ ਦਾ ਦਰਵਾਜ਼ਾ ਨਜ਼ਰ ਆ ਰਿਹਾ ਹੋਏਗਾ ਉਹ ਵੀ ਬਹੁਤ ਹੀ ਪਿਆਰਾ ਜਿਹੜਾ ਨਜ਼ਰ ਆ ਰਿਹਾ ਖਾਸ ਕਰਕੇ ਬਲਕਸਰ ਦੇ ਵਿੱਚ ਜਾਂ ਕਹਿ ਲਵੋ ਤੁਸੀਂ ਕਿ
ਚਕਵਾਲ ਦੇ ਵਿੱਚ ਪਹਿਲੀ ਮੈਨੂੰ ਜਿਹੜੀ ਗੁਮਟੀ ਹੈ ਜਾਂ ਦਰਸ਼ਨੀ ਡਿਉੜੀ ਹੈ ਉਹ ਵੀ ਨਜ਼ਰ ਆ ਰਹੀ ਹੈ। ਲੈਫਟ ਸਾਈਡ ਤੋਂ ਤੁਸੀਂ ਜਾ ਕੇ ਦਿਖਾਓ, ਉੱਥੇ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਜਿਹੜੀ ਹੈ ਦਰਸ਼ਨੀ ਡਿਉੜੀ ਦਿਸ ਰਹੀ ਹੋਏਗੀ, ਜਿਹਨੂੰ ਆਪਾਂ ਛੱਜਾ ਵੀ ਕਹਿੰਦੇ ਹਾਂ। ਠੀਕ ਹੈ ਜੀ, ਇਟਸ ਅ ਬਿਊਟੀਫੁਲ ਪਾਰਟ ਆਫ ਆਵਰ ਕਲਚਰ, ਇੰਡੋ ਪਰਸ਼ੀਅਨ ਆਰਕੀਟੈਕਚਰ। ਲੇਕਿਨ ਮੋਸਟਲੀ ਜਿਹੜੀ ਘਰ ਦੇ ਵਿੱਚ ਝਲਕ ਨਜ਼ਰ ਆ ਰਹੀ ਹੈ ਉਹ ਇਸ ਵੇਲੇ ਜਿਹੜੀ ਨਜ਼ਰ ਆ ਰਹੀ ਹੈ ਉਹ ਬ੍ਰਿਟੇਨ ਨਜ਼ਰ ਆ ਰਹੀ ਹੈ। ਬਟ ਅਗਰ ਤੁਸੀਂ ਦੇਖੋ ਤਾਂ ਇੱਕ ਬਹੁਤ ਹੀ ਖੂਬਸੂਰਤ ਜਿਹੜਾ ਛੱਤਰੀ ਜਿਹੜੀ ਹੈ ਉਹ ਬਾਹਰ ਨਿਕਲੀ ਹੋਈ ਤੁਹਾਨੂੰ ਨਜ਼ਰ ਆ ਰਹੀ ਹੋਏਗੀ, ਜਿਹੜੀ ਕਿ ਘਰ ਆਉਣ ਤੋਂ ਪਹਿਲੇ ਕੋਈ ਵੀ ਬੰਦਾ ਅਗਰ ਘਰ ਆਉਂਦਾ ਸੀ ਤਾਂ ਉਸ ਤੋਂ ਪਹਿਲੇ ਉਹਦੀ ਇੱਕ ਐਂਟਰੈਂਸ ਤੋਂ ਪਹਿਲੇ ਬਾਹਰ ਦਰਵਾਜ਼ਾ ਖੜਕਦਾ ਸੀ ਤਾਂ ਤੁਸੀਂ ਉੱਤੋਂ ਬਾਹਰ ਨਿਕਲ ਕੇ ਦੇਖ ਸਕਦੇ ਸੀ ਕਿ ਬਾਹਰ ਬੂਹੇ ਦੇ ਉੱਤੇ ਕੌਣ ਖਲੋਤਾ ਹੋਇਆ। ਤਾਂ ਸੋ ਇੱਕ ਸਾਡਾ ਕਲਚਰ ਸੀ ਜਿਹੜਾ ਕਿ ਹੁਣ ਖਤਮ ਹੁੰਦਾ ਜਾ ਰਿਹਾ। ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਹੀ ਕਸਰਤ ਦੇ ਨਾਲ ਮਿਲਦੀਆਂ ਨੇ ਕਿੱਥੇ, ਲਾਹੌਰ ਔਰ ਦਿੱਲੀ ਦੇ ਵਿੱਚ। ਰਾਜਸਥਾਨ ਦੀ ਤਾਂ ਕਿਆ ਬਾਤ ਹੈ ਜੀ, ਰਾਜਸਥਾਨ ਔਰ ਜੈਪੁਰ ਦੇ ਵਿੱਚ ਤਾਂ ਇਹ ਸਮਝ ਲਓ ਕਿ ਕਲਾ ਦੇ ਨਮੂਨੇ ਉੱਥੇ ਦੇਖਣ ਵਾਲੇ ਨੇ। ਇਸੇ ਤਰ੍ਹਾਂ ਹੀ ਇਹ ਡਿਉੜੀ ਜਿਹੜੀ ਹੈ ਅਗਰ ਤੁਸੀਂ ਦੇਖੋ ਤਾਂ ਇੱਕ ਹੋਰ ਓਲਡ ਹਾਊਸ ਹੈ ਅਤੇ ਉਹਦੇ ਵਿੱਚ ਵੀ ਇਹ ਡਿਉੜੀ ਜਿਹੜੀ ਬਾਕੀ ਹੈ। ਓਨਲੀ ਫਿਊ ਹਾਊਸਿਸ ਰਿਮੇਨ, ਇੱਥੇ ਹੁਣ ਸਿਰਫ ਪੁਰਾਣੇ ਘਰ ਜਿਹੜੇ ਨੇ ਉਹਨਾਂ ਦੀ ਗਿਣਤੀ ਜਿਹੜੀ ਹੈ ਬਹੁਤ ਘੱਟ ਹੈ, ਕਿਉਂਕਿ ਅਰਬਨਾਈਜੇਸ਼ਨ ਜਿਹੜੀ ਹੈ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਔਰ ਪੁਰਾਣੇ ਘਰਾਂ ਦੀ ਮੰਗ ਜਿਹੜੀ ਹੈ ਉਹ ਖਤਮ ਹੁੰਦੀ ਜਾ ਰਹੀ ਹੈ ਔਰ ਕਮਿੰਗ ਜਨਰੇਸ਼ਨ ਜਿਹੜੀ ਹੈ ਉਹ ਕਹਿੰਦੀ ਹੈ ਕਿ ਹੁਣ ਨਵੇਂ ਚਾਹੀਦੇ ਨੇ ਅਤੇ ਮਾਡਰਨ ਚਾਹੀਦੇ ਨੇ ਅਤੇ ਵੱਡੇ ਚਾਹੀਦੇ ਨੇ। ਹੋਇਆ ਹੋਇਆ ਔਰ ਬਹੁਤ ਵਧੀਆ ਲੱਗ ਰਿਹਾ। ਦੈਟਸ ਦੀ ਗ੍ਰੇਟ ਕਿ ਬਲਕਸਰ ਦੇ ਬਾਰੇ 'ਚ ਪੜ੍ਹਦੇ ਜ਼ਰੂਰ ਹੁੰਦੇ ਸੀ, ਓਇਲ ਗੈਸ ਫੀਲਡਸ ਦੇ ਮੁਤਲਕ ਪੜ੍ਹਦੇ ਸੀ, ਬਟ ਕਦੀ ਵੀ ਨਹੀਂ ਸੀ ਸੋਚਿਆ ਕਿ ਬਲਕਸਰ ਦੇ ਵਿੱਚ ਆਪਾਂ ਆਵਾਂਗੇ ਅਤੇ ਬਲਕਸਰ ਦੇ ਵਿੱਚ ਇੰਨੀਆਂ ਸੋਹਣੀਆਂ ਯਾਦਾਂ ਮਿਲਣਗੀਆਂ। ਮੈਂ ਕਹਾਂਗਾ ਕਿ ਵੀ ਆਰ ਸੇਇੰਗ ਟੂ ਵੈਲਕਮ ਡਾਕਟਰ ਦਿਲਪ੍ਰੀਤ ਸਿੰਘ ਸਾਹਨੀ ਫਰੋਮ USA ਕਿ ਤੁਸੀਂ ਜਮ ਜਮ ਆਓ, ਆਪਣੇ ਘਰ ਦੇ ਵਿੱਚ ਆਓ, ਤੁਹਾਨੂੰ ਅਸੀਂ ਵੈਲਕਮ ਕਰਨੇ ਹਾਂ। ਠੀਕ ਹੈ ਜੀ, ਔਰ ਤੁਸੀਂ ਦੇਖੋਗੇ ਇੱਥੇ ਆ ਕੇ ਕਿ ਕੁਛ ਨਾ ਕੁਛ ਬਲਕਸਰ ਦੇ ਵਿੱਚ ਉਸ ਦੌਰ ਦਾ ਉਸ ਏਜ ਦਾ ਅੱਜ ਵੀ ਬਾਕੀ ਹੈ ਜੋ ਤੁਹਾਡੇ ਦਾਦਾ ਜੀ ਇੱਥੋਂ ਛੱਡ ਕੇ ਗਏ ਸੀ, ਕਿਉਂਕਿ ਤੁਹਾਡੇ ਪਰਦਾਦਾ ਜੀ ਦਾ ਟਾਈਮ ਜਿਹੜਾ ਉਹ ਬਹੁਤ ਅਰਲੀ ਬ੍ਰਿਟਿਸ਼ ਪੀਰੀਅਡ ਹੈ ਅਤੇ ਸੋ ਉਸ ਦੌਰ ਦੇ ਲੋਕਾਂ ਦੇ ਨਾਲ ਮੁਲਾਕਾਤ ਤਾਂ ਨਹੀਂ ਹੋ ਰਹੀ, ਬਟ ਜਿਹੜੇ ਉੱਥੋਂ ਮਾਈਗ੍ਰੇਟਿਡ ਲੋਕ ਨੇ ਉਹਨਾਂ ਦੇ ਨਾਲ ਆਪਾਂ ਅੱਜ ਗੱਲ ਕਰਨੇ ਹਾਂ। ਉਹਨਾਂ ਤੋਂ ਪੁੱਛਦੇ ਹਾਂ ਕਿ ਵੀ ਇੱਥੇ ਉਹਨਾਂ ਜਦੋਂ ਆਏ ਉਹਨਾਂ ਨੇ ਕੀ ਵੇਖਿਆ ਔਰ ਉਹ ਕਿਹੜੇ ਕਿਹੜੇ ਇਲਾਕੇ ਤੋਂ ਆਏ। ਵਿਛੋੜਾ ਤਾਂ ਸਾਰਿਆਂ ਦਾ ਹੀ ਸੀ, ਨਾ ਕਿ ਇੱਕ ਸਾਈਡ 'ਤੇ ਸੀ, ਦੋਨਾਂ ਸਾਈਡਾਂ ਦੇ ਉੱਤੇ ਲੋਕ ਵਿਛੜੇ ਸਨ, ਦੋਨਾਂ ਸਾਈਡਾਂ ਦੇ ਉੱਤੇ ਲੋਕ ਘਰੋਂ ਬੇਘਰ ਹੋਏ ਸਨ ਔਰ ਆਪਣੀ ਲੱਖਾਂ ਜਿਹੀ ਜ਼ਮੀਨ ਛੱਡ ਕੇ ਕੱਖਾਂ ਦੇ ਪਾ ਰੁੱਲੇ ਵੀ ਸਨ। ਕਈ ਨਵਾਬ ਦੇਖੇ ਸੜਕਾਂ ਦੇ ਉੱਤੇ ਰੁੱਲਦੇ। ਮੈਂ ਪਿੰਡੀ ਘੇਪ ਗਿਆ ਸੀ, ਉੱਥੇ ਦਾ ਇੱਕ ਸ਼ਾਹ ਸੀ, ਕਹਿੰਦੇ ਸੀ ਦਿੱਲੀ 'ਚ ਦੇਖਿਆ ਉਹ ਸੜਕਾਂ 'ਤੇ ਰੁੱਲਦਾ ਸੀ, ਉਹ ਕੱਪੜੇ ਵੇਚਦਾ ਸੀ, ਤੌਲੀਏ ਵੇਚਦਾ ਸੀ, ਪਰਨੇ ਵੇਚਦਾ ਸੀ, ਬਟ ਜਦੋਂ ਉਹ ਇੱਥੇ ਪਾਕਿਸਤਾਨ ਦੇ ਵਿੱਚ ਪਿੰਡੀ ਘੇਪ ਦੇ ਇਲਾਕੇ 'ਚ ਸੀ ਤਾਂ ਉਹ ਇੱਕ ਵੱਡਾ ਕਲੌਥ ਮਰਚੈਂਟ ਸੀ। ਇਹੀ ਮਿਸਾਲ ਜਿਹੜੀ ਹੈ ਆਨੰਦ ਫੈਮਿਲੀ ਦੀ ਹੈ। ਆਨੰਦ ਫੈਮਿਲੀ ਦੇ ਵਿੱਚ ਅਗਰ ਤੁਸੀਂ ਦੇਖਦੇ ਹੋ ਤਾਂ ਤੁਹਾਨੂੰ ਸੈਦਪੁਰੀ ਬਾਜ਼ਾਰ ਦੇ ਵਿੱਚ ਚੰਗੀ ਮਹੱਲੇ ਦੇ ਅੰਦਰ ਉੱਥੇ ਵੀ ਤੁਹਾਨੂੰ ਅਹਿਲੀਆਂ ਮਿਸਾਲਾਂ ਜਿਹੜੀਆਂ ਨੇ ਉਹ ਸਾਹਮਣੇ ਮਿਲਦੀਆਂ ਹਨ ਕਿ ਇੱਕ ਕਲੌਥ ਮਰਚੈਂਟ, ਇੱਕ ਵੱਡੇ ਬਿਜ਼ਨਸਮੈਨ ਆਫ ਦਾ ਕਲੌਥ ਰਾਵਲਪਿੰਡੀ ਦੇ, ਉਹਨਾਂ ਨੇ ਦਿੱਲੀ ਦੀਆਂ ਸੜਕਾਂ ਦੇ ਉੱਤੇ ਪਰਨੇ ਵੇਚੇ, ਕੱਪੜੇ ਵੇਚੇ ਅਤੇ ਖੇਸ ਵੇਚੇ, ਜਿਨ੍ਹਾਂ ਨੇ ਕਦੀ 1.25 ਲੱਖ ਦਾ ਗੁੜ, ਸ਼ੱਕਰ ਔਰ ਚਾਹ ਦੀ ਪੱਤੀ ਦੀ ਜਿਹੜੀ ਸੀ ਠੇਕਾ ਚੁੱਕਿਆ ਸੀ, ਜਦੋਂ ਇੱਕ ਬੰਦੇ ਦੀ 2.5-3 ਪੈਸੇ ਜਿਹੜੀ ਸੀ ਸਿਰਫ ਡੇਲੀ ਦੀ ਦਿਹਾੜ ਹੁੰਦੀ ਸੀ। ਤਾਂ ਸੋ ਯੂ ਕੈਨ ਇਮੈਜਿਨ ਕਿ ਹੋ ਦੋਸ ਪੀਪਲ ਆਰ ਰਿਚ ਦੈਟ ਟਾਈਮ। ਵੀ ਆਰ ਟਾਕਿੰਗ ਅਬਾਊਟ ਦਾ ਖੋਖਰੈਨਸ, ਉਸ ਟਾਈਮ ਦੇ ਜਿਹੜੇ ਖੋਖਰੈਨ ਨੇ ਅਸੀਂ ਉਹਨਾਂ ਦੇ ਮੁਤਲਕ ਹੀ ਗੱਲ ਕਰ ਰਹੇ ਹਾਂ। ਇਹ ਨਹੀਂ ਹੈ ਕਿ ਉਹ ਖੋਖਰੈਨ ਨਹੀਂ ਸੀ, ਕਿਉਂਕਿ ਆਨੰਦ ਵੀ ਖੋਖਰੈਨਾਂ ਦੇ ਵਿੱਚ ਹੀ ਸਨ। ਅਤੇ ਗੱਲ ਕਰਦੇ ਹਾਂ ਅਸੀਂ ਬਜ਼ੁਰਗਾਂ ਦੇ ਨਾਲ ਕਿ ਇਹਨਾਂ ਨੂੰ ਕਿੰਨਾ ਕੁ ਯਾਦ ਹੈ। ਦੱਸਿਆ ਕਿ ਇਹਨਾਂ ਨੇ ਵੀ ਗਦਰ ਦਾ, ਵਿਛੋੜੇ ਦਾ ਬਹੁਤ ਹੀ ਸਦਮਾ ਲਿਆ। ਗੱਲ ਕਰਦੇ ਹਾਂ।
ਅਬਦੁਲ ਸਾਰ ਜੀ ਜੀ ਅਸੀਂ ਬਜ਼ੁਰਗਾਂ ਨਾਲ ਗੱਲ ਕਰ ਰਹੇ ਹਾਂ ਕਿ ਜਿਹੜੇ ਮਾਈਗ੍ਰੇਟ ਕਰਕੇ ਆਏ ਨੇ ਔਰ ਉਹ ਆਪਣੇ ਮੁਤਲਕ ਆਪ ਦੱਸਣਗੇ ਕਿਉਂਕਿ ਬਹੁਤ ਔਖ ਹੋ ਰਹੀ ਹੈ ਕਿਉਂਕਿ ਉਸ ਦੌਰ ਦੇ ਜਿਹੜੇ ਬਜ਼ੁਰਗ ਨੇ ਤੁਹਾਨੂੰ ਪਤਾ ਉਹਨਾਂ ਨੂੰ ਹੁਣ ਉਹਨਾਂ ਦੀ ਯਾਦਾਸ਼ਤ ਜਿਹੜੀ ਹੈ ਸ਼ਾਇਦ ਪੂਰੀ ਹੋਵੇ ਬਟ ਕੰਨੋਂ ਘੱਟ ਸੁਣੀਦਾ ਕਿਉਂਕਿ ਵੱਢ ਨੂੰ ਹੋ ਗਏ ਕਿੰਨੇ 75 ਵਰੇ 5.5-7.5 ਡਿਕਟਸ ਹੋ ਗਏ ਠੀਕ ਹੈ ਜੀ ਤਾਂ ਪ੍ਰੀਤਤਾ ਤਾਂ ਉਹੀ ਜਾਣਦਾ ਹੈ ਜਿਹਦੇ ਮਨ ਦੇ ਉੱਤੇ ਬੀਤਰੀ ਹੁੰਦੀ ਹੈ ਆਮ ਬੰਦਾ ਤਾਂ ਸਿਰਫ ਇੱਕ ਸਟੋਰੀ ਸਮਝ ਕੇ ਉਹਨੂੰ ਸੁਣਦਾ ਹੈ ਬਟ ਮੈਂ 47 ਬਾਦੋਂ ਜੰਮਿਆ ਮੇਰੇ ਪਿੰਡੇ ਲਾਸ਼ ਕਿਉਂ ਹੈ ਆਪਣੇ ਘਰ ਪਰਦੇਸੀਆਂ ਵਾਂਗੂੰ ਪਤਾ ਨਹੀਂ ਮੈਨੂੰ ਮਿਲਣ ਦੀ ਆਸ ਕਿਉਂ ਹੈ ਠੀਕ ਹੈ ਜੀ ਅਤੇ ਗੱਲ ਕਰਦੇ ਹਾਂ ਜੀ ਆਪਕਾ ਨਾਮ ਕਿਆ ਬਈ ਨਾਮ ਬਤਾਓ ਅਬਦੁਲ ਸਤਾਰ ਜੀ ਅਬਦੁਲ ਸਤਾਰ ਗਾਓ ਕਾ ਕੌਨ ਸਾ ਨਾਮ ਥਾ ਆਪਕਾ ਗਾਓ ਦੀ ਜਾਨ ਸਾ ਜੀ ਮਾਨਤਪੁਰ ਠੇਸਗੜ ਹਾਂ ਜ਼ਿਲ੍ਹਾ ਕਰਨਾਲ ਹਾਂ ਜ਼ਿਲ੍ਹਾ ਕਰਨਾਲ ਹੈ ਕਿੰਨੀ ਉਮਰ ਤੇ ਪਾਕਿਸਤਾਨ ਆਏ ਮੇਰੀ ਜੀ ਕੋਈ 5ਵੀਂ ਪੜ੍ਹਦਾ ਸਾ ਮੈਂ ਉਸ ਵਕਤ 5ਵੀਂ ਮੈਂ ਪੜ੍ਹਦੇ ਥੇ ਹਾਂ ਸਕੂਲ ਕੌਨ ਸਾ ਥਾ ਪਤਾ ਨਹੀਂ 40-45 ਉਮਰ ਦੀ ਸੀ ਸਕੂਲ ਕਾ ਨਾਮ ਬਤਾਓ ਸਕੂਲ ਕਾ ਨਾਮ ਨਹੀਂ ਪਤਾ ਜੀ ਮੈਂ ਜਾਂਸਾ ਮੈਂ ਸਕੂਲ ਹਾਂ ਹਾਂ ਸਾਥ ਕੌਣ ਕੌਣ ਪੜ੍ਹਤਾ ਥਾ ਜੋ ਕੋਈ 5ਵੀਂ 6ਵੀਂ ਤੱਕ ਥਾ ਸਕੂਲ ਪ੍ਰਾਇਮਰੀ ਕੋਈ ਦੋਸਤ ਕਾ ਨਾਮ ਬਤਾਓ ਵਾਂ ਅਸੀਂ ਜਿਹੜੇ ਹਿੰਦੂ ਨਾ ਥੇ ਕੇ ਹਾਂ ਮੇਰੇ ਸਾਥ ਪੜ੍ਹਦੇ ਰਹੇ ਰਾਮ ਲਾਲ ਤੋ ਜਗਦੀਸ਼ ਔਰ ਉੱਗਰ ਇੱਕ ਰਾਮ ਸਰੂਪ ਕੇ ਇੱਕ ਪ੍ਰਭੂ ਕਾ ਪ੍ਰਭੂ ਪ੍ਰਭੂ ਹਾਂ ਬੜੇ ਜ਼ਿਮੀਂਦਾਰ ਮਾਲਕ ਪ੍ਰਭੂ ਕਾ ਬੜਾ ਨਾਮ ਲਿਆ ਸੀ ਜ਼ਿਆਦਾ ਦੋਸਤ ਉਸਕਾ ਉਸਕਾ ਪਤਾ ਨਹੀਂ ਮੈਂ ਨਾਮ ਕਾ ਹੈ ਜੀ ਉਸਕਾ ਨਾਮ ਮੈਂ ਸਹੀ ਨਹੀਂ ਉਸਕਾ ਪ੍ਰਭੂ ਪ੍ਰਭੂ ਬੋਲੇ ਪ੍ਰਭੂ ਹਾਂ ਜਿਹੜਾ ਹੈ ਉਸਕਾ ਲੜਕਾ ਪੜ੍ਹਦਾ ਥਾ ਸਾਰੇ ਨਾਂ ਅੱਛਾ 5ਵੀਂ ਪੰਜਵੀਂ ਮੈਂ ਪੜ੍ਹਨਾ ਸੀ ਹਾਂ ਤੇ ਕੀ ਕੀ ਪੜ੍ਹਦੇ ਹੁੰਦੇ ਸੀ ਉਸ ਵੇਲੇ ਜੀ ਇੰਡੀਆ ਚ ਪੜ੍ਹਦੇ ਰਹੇ ਪਹਿਲੇ ਪੜ੍ਹਿਆ ਹਾਂ ਵਾਂ ਸੀ ਕੀ ਕੀ ਪੜ੍ਹਿਆ ਵਾਂ ਵੀ ਵੀ ਸਕੂਲ ਸਕੂਲ ਮਾ ਕੀ ਕੀ ਪੜ੍ਹਾਤੇ ਥੇ ਕੀ ਕੀ ਪੜ੍ਹਾਵਾ ਥੇ ਸਕੂਲ ਮਾ ਉਹ ਮਾਸਟਰ ਥੇ ਹਿੰਦੂ ਨਹੀਂ ਮਜ਼ਮੂਨ ਕਿਹੜੇ ਕਿਹੜੇ ਥੇ ਮਜ਼ਮੂਨ ਤੋਂ ਮੈਂ ਪਤਾ ਨਹੀਂ ਜੀ ਜੀ ਤੇ ਉਰਦੂ ਤੋਂ ਇਹ ਹੈ ਹਿੰਦੀ ਕੋਈ ਨਹੀਂ ਥੀ ਅੱਛਾ ਉਰਦੂ ਪੜ੍ਹਾਤੇ ਥੇ ਕੁਛ ਯਾਦ ਹੈ ਕੋਈ ਨਜ਼ਮ ਕੋਈ ਕਹਾਣੀ ਕੋਈ ਗੱਲਬਾਤ ਜਿਹੜੀ ਪੜ੍ਹਦੇ ਸੀ ਕੋਈ ਯਾਦ ਹੀ ਨਹੀਂ ਐਸੀ ਮੇਰੇ ਅੱਛਾ ਜਦੋਂ ਵੰਡ ਹੋਈ ਪਾਕਿਸਤਾਨ ਕਿਸ ਤਰ੍ਹਾਂ ਪਹੁੰਚੇ ਪਾਕਿਸਤਾਨ ਵਿੱਚ ਆਏ ਚਕਵਾਲ ਕਿਸ ਤਰ੍ਹਾਂ ਆਏ ਥੇ ਵਾਂ ਤੇ ਚਕਵਾਲ ਤੇ ਕੈਂਪ ਵਿੱਚ ਰਹੇ ਨਾ ਜਦੋਂ ਜਾਂਸਾ ਮੈਂ ਜਾਂਸੇ ਤੇ ਆਏ ਥੇ ਤੋ ਕਿਸ ਤਰ੍ਹਾਂ ਵਾਂ ਤੇ ਵਾਂ ਤੇ ਉਠਾਏ ਫੌਜ ਇਸ ਗੋਰਖਾ ਪਲਟਨ ਅੱਛਾ ਗੋਰਖਾ ਆਈ ਜੀ ਪਲਟਨ ਹੈ ਜੀ ਮੌਤ ਗਿਰਾਂ ਉਠਾਏ ਨੇ ਉਹਨਾਂ ਗੋਰਖਾ ਗੋਰਖਾ ਫੋਰਸ ਗੋਰਖਾ ਮੈਂ ਫੌਜ ਸੀ ਇਹ ਮੁਸਲਮਾਨ ਨੇ ਗੋਰਖੇ ਥੇ ਦਿਲ ਕਰ ਰਿਹਾ ਥਾ ਨੇ ਹਾਂ ਇੰਡੀਆ ਜਾਣੇ ਨੂੰ ਦਿਲ ਕਰ ਰਿਹਾ ਕਹਿ ਰਿਹਾ ਹਮ ਲੈ ਜਾ ਸਰ ਤੇ ਨਹੀਂ ਮੇਰੇ ਪਾ ਹੁਣ ਕਹਾਂ ਜਾਇਆ ਜਾਂਦਾ ਜੀ ਜਾਸ ਪਾ ਲੈ ਕੇ ਜਾਵਾਂਗੇ ਹਾਂ ਜਾਸ ਪਾ ਨਹੀਂ ਮਾਂ ਮੈਂ ਉਸੇ ਨਹੀਂ ਜਾ ਹੁਣ ਕੇ ਮਿਲ ਕੇ ਆਵਾਂਗੇ ਨਹੀਂ ਹੁਣ ਕੀ ਮਿਲਣਾ ਬਸ ਹੁਣ ਮੰਨੇ ਮੇਰੇ ਪਾ ਹੁਣ ਨਹੀਂ ਜਾਇਆ ਜਾਂਦਾ ਯਾਦ ਆਂਦੀ ਹਾਂ ਯਾਦ ਆਵਾ ਯਾਦ ਤਾਂ ਆਉਂਦਾ ਪਰ ਲਈ ਮੇਰੇ ਪਾਸ ਗਾਈਆਂ ਵੈੜੀਆਂ ਨਹੀਂ ਫਰਾਈ ਜਾਂਦੀ ਉਹਨਾਂ ਦੀ ਕੰਮ ਕਰਾਂ ਨਹੀਂ ਵੈਸੇ ਫਿਰ ਕਾਣਾ ਫਿਰ ਕਦਾਣਾ ਨਹੀਂ ਫਾਇ ਵੈਰਾ ਪਾਸ ਅੱਛਾ ਮੋਦ ਦੀ ਵਕਤ ਕੰਮ ਕਰ ਰਹੇ ਸੀ ਤੁਹਾਡੇ ਤੁਹਾਡੇ ਅੱਬੂ ਕੇ ਕੰਮ ਕਰ ਰਹੇ ਅੱਛਾ ਥਾਰੇ ਅੱਬੂ ਵਾਂ ਕਿਆ ਕਰਾਂ ਥੇ ਉਹ ਹਲਵਾ ਹੀ ਬਣਾਏ ਜੀ ਨਾ ਹਲਵਾਈ ਕੀ ਦੁਕਾਨ ਹਾਂ ਜ਼ਮੀਨ ਕਿਤਨੀ ਜ਼ਮੀਨ ਥੀ ਜ਼ਮੀਨ ਕਿਤਨੀ ਥੀ ਥਾਰੀ ਉਹ ਕਾਫੀ ਜੀ 50-60 ਬੀਗੇ 50 ਲੱਗ ਜਾਈ ਬੈਂਸੇ ਬੈਂਸਾ ਕਿਤਨੀ ਥੀ ਬੈਂਸਾ ਗਾਵਾਂ ਗਾਵਾਂ ਹਾਂ ਕਿਤਨੀ ਥੀ ਉਹ ਹਿੰਦੂ ਥੇ ਨਾ ਥੋੜੇ ਜੇ ਨਹੀਂ ਥਾਰੀ ਕਿਤਨੀ ਥੀ ਮਾਰੇ ਬਸ ਬਸ ਗਾਂ ਮਾਜ ਦਾਨ ਬੱਚੇ ਦਾ ਤਾਂ ਬਸ ਹੋਰ ਕੋਈ ਨਹੀਂ ਐਸੀ ਅੱਛਾ ਬੈਲ ਗੱਡੀ ਆ ਉਹ ਅੱਛਾ ਉਹ ਰੇਲਵੇ ਦਾ ਪੁੱਛੋ ਨਾ ਰੇਲਵੇ ਤੋਂ ਜਿੱਥੋਂ ਆਏ ਹੋ ਤੁਸੀਂ ਅੱਛਾ ਰੇਲਵੇ ਕਾ ਬਤਾਓ ਰੇਲਵੇ ਕੇ ਬਾਰੇ ਮੈਂ ਜਾਤੀ ਥੀ ਕਹਤੇ ਰੇਲਵੇ ਦੇ ਉਸ ਆਈ ਜਿਓ ਸੰਵਾਦ
ਤੇ ਫਿਰ ਉਹ ਹੈ ਜੀ ਚਲੇ ਗਏ ਗੋਰਖੇ ਦੂਸਰੀ ਪਲਟਨ ਆਈ ਸਵਾੜੇ ਜੈਸੀ ਫੌਜ ਮੋਟਰਾਂ ਉਹਨਾਂ ਘੇਰਾ ਪਾ ਕੇ ਦਿਆ ਅੱਛਾ ਇਹ ਕੂਆ ਤਾਂ ਕੂਏ ਤੇ ਪਾਣੀ ਭਰਦੇ ਸੀ ਲੈਣ ਵਿੱਚ ਹਾਂਜੀ ਸ਼ਾਪ ਟੱਟੀ ਔਰਤਾਂ ਦੀ ਲਹਿਦਾ ਖਾਈ ਜੀ ਆਦਮੀ ਕੀ ਲਹਿਦਾ ਇੱਕ ਦਰਿਆ ਹੈ ਨਾਲਾ ਜਾ ਉਸ ਤੇ ਪਾਰ ਉਧਰ ਬੈਠੇ ਗੋਰਖੇ ਪਰ ਦੂਰ ਬੈਠੇ ਕੰਮ ਕੇ ਲਵੇਲੇ ਫਾਸਲੇ ਤੇ ਦੂਰ ਦੂਰ ਰਾਹ ਜਾ ਬੈਠੇ ਰੰਜ ਫਿਰ ਦੂਸਰੇ ਆ ਰਾਖੀ ਕਰ ਲੈ अच्छा जब वहाँ ते आए रस्ते में क्या देखा था ने हाँ? जब वहाँ ते इंडिया ते आए थे हाँ? रस्ते में थारे के लोग क्या होया था रस्ते में तो कोई वो नहीं होया हाँ? वो फौज नाल थी अच्छा बगैर जहाँ गड्डी खड़ी होती सिपाही फौजी फिर लग पड़ जैसे बंदूक का नाल लगी अच्छा वर्दी कपड़ा लग गया सही हाँ फिर दे देंगे अच्छा हाँ नीचे उतरन दे दे सही वो ये साहब है कितने बंदे इकट्ठे आए थे बहुत सारा गिरा थे जी रेलगड्डी से आए थे हमारे अपने रिश्तेदार कितने आए थे हमारे अपने भी थे थोड़े बहुत है कई गिरा उठे वो पर भी उठाए सादे लाहौर छट्टे ने अच्छा अफरा तफरी तो नहीं मची थी जब हम आए थे हाँ अफरा तफरी तो नहीं मच गई थी जिमी हाँ जिमी गदर तो नहीं मचा था गदर तो नहीं मच गया था जब हम हलवाई करते थे जिमी की अपनी नहीं जब हम उठे थे उठाए थे वहाँ थे हाँ गदर तो नहीं मच गया था वहाँ से नहीं कोई नहीं गन्ना या सोन बज रही थी हसे खत्ते हाँ नहीं वहाँ से हलचल तो नहीं मच गई थी अफरा तफरी तो नहीं हुई थी अफरा तफरी नहीं बन रही थी हमला हो गया था फिर नहीं हमला हुआ ही नहीं उसे अच्छा होने ही नहीं दिया हमला ना इधर ना उधर हाँ जी गोरखा फिर लग गई थी इधर आ जाओ हाँ जी इत्था हो गोरखा